اعوذ باللہ من الشیطان الرجیم بسم اللہ الرحمن الرحیم لاکھوں کروڑوں درود و سلام میرے نبی صلی اللہ علیہ وسلم پر اور آپ صلی اللہ علیہ وسلم کی آل پر پاکستان تے دنیا بھر تو ویکھن تے سنن والےاں نوں بھراواں سجناں تے بیلیاں تے متراں نوں جناب السلام علیکم لو جی جناب ساریاں منڈی دہاں دیاں بھراواں نوں جناب ਸੁਣਾਓ ਕੀ ਹਾਲ ਹੈ ਠੀਕ ਹੋ ਕੀ ਹਾਲ ਹੈ ਦੁਆਵਾਂ ਸ਼ੁਕਰ ਆਜ ਜਾ ਸੁਣਾਓ ਕੀ ਹਾਲ ਹੈ ਠੀਕ ਹੋ ਦੁਆਵਾਂ ਸ਼ੁਕਰ ਅਲਹਮਦੁਲਿਲਾ ਕੀ ਮੱਝ ਜੇ ਮੈਂ ਸ਼ਾਗਣੇ 4 ਕਿਲੋ ਧਾਰਾਂ ਨੇ ਅੱਛਾ ਤੇ ਮੁੱਲ 2-10 ਕਰਨੇ 2-10 4 ਕਿਲੋ ਧਾਰਾਂ ਨੇ ਖਾਂਗੜ ਦੂਜੇ ਸੂਏ ਵੇ ਜੀ ਠੀਕ ਹੋ ਗਿਆ ਲੋ ਜੀ ਜਨਾਬ 4 ਕਿਲੋ ਧਾਰਾਂ ਜੇ ਜਨਾਬ ਖਾਂਗੜ ਮੱਝ ਜੇ ਜਨਾਬ ਦੂਜਾ ਸੂ ਜੇ ਜਨਾਬ 2,10,000 ਰੁਪਇਆ ਜਨਾਬ ਮੁੱਲਾਂ ਵਿੱਚ ਜੇ ਮੱਝ ਵੇਖ ਲੈਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਮੱਝ ਵੇਖਣੀ ਹੈ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਮੱਝ ਵੇਖਣੀ ਹੈ ਠੀਕ ਹੋ ਗਿਆ ਜੀ ਖਾਂਗੜ ਮੱਝ ਦੂਜਾ ਸੂਆ 2,10,000 ਰੁਪਇਆ ਮੁੱਲਾਂ ਵਿੱਚ ਅਤੇ ਜਨਾਬ ਮੁੱਗੋਵਾਲ ਤੋਂ ਨੇ ਜਨਾਬ ਬਜ਼ੁਰਗ ਅਤੇ ਅੱਜ ਇੱਕੋ ਹੀ ਲਿਆਂਦੀ ਹੈ ਇੱਕੋ ਹੀ ਹੈ ਜੀ ਠੀਕ ਹੈ ਹੋਰ ਠੀਕ ਲਓ ਜੀ ਆਪਣੀ ਮੱਝ ਅਸਲਾਮ ਵਾਲਕਮ ਜੀ ਕੀ ਹਾਲ ਹੈ ਜਨਾਬ ਠੀਕ ਹੋ ਕੱਟੀ ਹੈ ਮਗਰ ਕੱਟੀ ਹੈ ਠੀਕ ਹੋ ਗਿਆ ਕੀ ਮੰਗ ਰਹੇ ਹੋ ਇਹਦਾ 4,00,000 ਕਿਤਨੀਆਂ ਕੁ ਧਾਰਾਂ ਸੂ 7.5 ਕਿਲੋ ਠੀਕ ਹੈ 7.5 ਕਿਲੋ ਧਾਰਾਂ ਨੇ ਜਾ ਮਗਰ ਕੱਟੀ ਹੈ ਅਤੇ ਕਿਤਨਾ ਕੁ ਚਿਰ ਹੋ ਗਿਆ ਸੂਆ ਡੇਢ ਮਹੀਨਾ ਕਿਤਮਾ ਸੂਆ ਸੂਈ ਹੈ ਹੁਣ ਤ੍ਰੀਜਾ ਸੂਆ ਹੈ ਤ੍ਰੀਜਾ ਸੂਆ ਹੈ ਡੇਢ ਮਹੀਨਾ 7.5 ਕਿਲੋ ਧਾਰਾਂ ਨੇ ਅਤੇ ਮੁੱਲ ਕਿਹਦਾ ਸਾਰੇ 4,00,000 4,00,000 ਪੂਰਾ ਚਾਰ ਕਾਪੀਆਂ ਪੂਰੀਆਂ ਜਨਾਬ ਮੁੱਲਾਂ ਵਿੱਚ ਤੇ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਆਏ ਹਾਂ ਜੇ ਦਾਰਾਪੁਰ ਤੋਂ ਦਾਰਾਪੁਰ ਤੋਂ ਉਹ ਕਿੱਧਰ ਹੈ ਜੇਲਮ ਦੇ ਨਾਲ ਜੇਲਮ ਦੇ ਨਾਲ ਠੀਕ ਹੋ ਗਿਆ ਦਾਰਾਪੁਰ ਨੰਬਰ ਕੀ ਆਪਣਾ ਨੰਬਰ 0348400064 ਇੱਕ ਵਾਰ ਫੇਰ ਬੋਲ ਦਿਓ 0064 ਜੀ ਜੀ 067 067 0348 ਲਓ ਜੀ ਜਨਾਬ ਮੱਝ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਮੱਝ ਵੇਖਣੀ ਹੈ ਮਾਸ਼ਾਅੱਲਾ ਲਓ ਜੀ ਜਨਾਬ ਬਵਾਨਾ ਵੇਖਣਾ ਜਨਾਬ ਭਰਾਵਾਂ ਨੇ ਮੱਝ ਦਾ ਲਿਬਾਸ ਵੇਖ ਲੈਣਾ ਪੂਰੀ ਤਸੱਲੀ ਨਾਲ ਭਰਾਵਾਂ ਨੇ ਮੱਝ ਦਾ ਲਿਬਾਸ ਵੇਖ ਲੈਣਾ ਸਿੰਘਾਂ ਤੋਂ ਵੇਖਣੀ ਹੈ ਜਨਾਬ ਬਵਾਨੇ ਤੋਂ ਵੇਖਣੀ ਹੈ ਜਨਾਬ ਭਰਾਵਾਂ ਨੇ ਬਵਾਨਾ ਵੇਖ ਲੈਣਾ ਮੱਝ ਦਾ ਸੋਹਣਾ ਲਿਬਾਸ ਹੈ ਜਨਾਬ ਮੱਝ ਕੋਲ ਇਹਦੀ ਗੱਲ ਹੈ ਜੀ ਇਹ ਜਾਏ ਜਨਾਬ ਮਗਰ ਕੱਟੀ ਮੱਝ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖਣੀ ਹੈ ਠੀਕ ਹੋ ਗਿਆ ਜੀ ਸਹੀ ਹੈ ਠੀਕ ਮਿਹਰਬਾਨੀ ਸਾਡਾ ਗਲਾਸ 10 ਰੁਪਏ ਦਾ ਤੁਹਾਨੂੰ ਲੱਗਾ ਰੋਹ ਹਲਾਲ ਪਾ ਕੇ ਅੱਖਾਂ
ਅਸਲਾਮ ਵਾਲੇਕੁਮ, ਕੀ ਹਾਲ ਹੈ ਜੀ? ਠੀਕ ਹੋ? ਕੀ ਮੰਗ ਰਹੇ ਹੋ ਮਾਈ ਦਾ? ਮਗਰ ਪੱਟੀ ਪੱਟੀ ਠੀਕ ਹੈ। ਵਪਾਰ ਕਰਦੇ ਹੋ? ਨਹੀਂ ਜੀ, ਘਰ ਦੀ ਘਰ ਦੀ ਹੈ। ਠੀਕ ਹੈ। ਸੂਆ ਕਿਸਮਾ ਸੂਈ ਹੈ? ਸੂਆ ਤੀਸਰਾ, ਤੀਸਰਾ ਸੂਆ, ਤੀਸਰਾ ਸੂਆ 10 ਕਿਲੋ ਧਾਰਾ ਨੇ, 10 ਤੇ 10 ਰੁਪਏ ਦਾ। ਵੀਹ ਦਿਨਾਂ ਦੀ ਮੁੱਲ ਕੀ ਦੱਸਿਆ ਜੀ? 3,70,000। 3,70,000 ਰੁਪਇਆ ਮੁੱਲ ਹੈ ਜਨਾਬ। ਵੀਹ ਦਿਨਾਂ ਦੀ ਸੂਈ ਹੈ, 10 ਕਿਲੋ ਧਾਰਾ ਨੇ। ਬਹੁਤ ਜੀ ਜਨਾਬ, ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਮਾਝ ਦਾ। ਮਗਰ ਜਾ ਜਨਾਬ ਕੱਟੀ 3,70,000 ਰੁਪਇਆ ਮੁੱਲਾਂ ਵਿੱਚ ਜਨਾਬ। ਮਿਹਰਬਾਨੀ, ਸਲਾਮ ਅਲੈਕੁਮ ਜੀ, ਕੀ ਹਾਲ ਹੈ ਜੀ? ਠੀਕ ਹੋ? ਹੋਰ ਸੁਣਾਓ, ਕੀ ਹਾਲ ਹੈ? ਠੀਕ ਹੋ? ਇਹ ਤੁਹਾਡੀ ਕਿ ਉਹ ਵੀ ਤੁਹਾਡੀ ਹੈ? ਉਹ ਵੀ ਸਾਡੀ ਹੈ। ਠੀਕ ਹੈ ਜੀ। ਉਹ ਹਾਓ ਜੀ ਮਾਜ ਜੀ, ਮਾਸ਼ਾਅੱਲਾ ਜੀ ਜਨਾਬ, ਮਾਝ ਮਾਸ਼ਾਅੱਲਾ ਜੀ, ਪੂਰਾ ਸੋਹਣਾ ਲਿਬਾਸ ਹੈ ਜਨਾਬ ਮਾਝ ਕੋਲ। ਲਿਬਾਸ ਸੋਹਣਾ ਲਿਬਾਸ ਹੈ ਮਾਝ ਕੋਲ। ਮਾਝ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ, ਜਨਾਬ ਭਰਾਵਾਂ ਨੇ ਮਾਝ ਵੇਖਣੀ ਹੈ। ਮਾਸ਼ਾਅੱਲਾ, ਹੈ ਮਾਸ਼ਾਅੱਲਾ। ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਮਾਝ ਵੇਖ ਲੈਣੀ ਹੈ। ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੂੰ ਮਾਝ ਦਿਖਾਉਣੀ ਹੈ। ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੂੰ ਮਾਝ ਦਿਖਾ ਦੇਣੀ ਹੈ। ਸੋਹਣਾ ਲਿਬਾਸ ਹੈ ਜਨਾਬ ਮਾਝ ਕੋਲ। ਬਹਾਨਾ ਵੇਖਣਾ ਜਨਾਬ ਭਰਾਵਾਂ ਨੇ ਮਾਝ ਦਾ। ਹਾਏ ਮਾਸ਼ਾਅੱਲਾ, ਹਾਏ ਮਾਸ਼ਾਅੱਲਾ, ਹਾਏ ਮਾਸ਼ਾਅੱਲਾ। ਲਓ ਜੀ, ਹਾਂਜੀ, ਇਹਦੀ ਗੱਲ ਦੱਸੋ ਜੀ ਮਾਝ ਦੀ। ਉਹਨਾਂ ਨੇ ਦੱਸਣੀ ਹੈ। ਠੀਕ ਹੋ ਗਿਆ। ਸਲਾਮ ਅਲੈਕੁਮ ਜੀ। ਅੱਛਾ, ਕੀ ਉਸ ਮਾਝ ਦਾ ਕੀ ਮੰਗ ਰਹੇ ਹੋ? 4.5 ਕਿਤਨੀਆਂ ਕੁ ਧਾਰਾਂ? ਅੱਛਾ, ਸੂਨ ਆ ਰਹੀ ਹੈ। ਹਾਂ ਸਰ, ਉਹ ਮਾਝ ਦਿਖਾਓ। ਸੂਨ ਆ ਰਹੀ ਹੈ, ਠੀਕ ਹੈ। ਕਿਤਨਾ ਸੂਆ ਸੂਨਾ ਸੂ? ਦੂਜੇ ਸੂਏ ਤੇ 4.5 ਲੱਖ ਰੁਪਇਆ ਮੁੱਲਾਂ ਵਿੱਚ। ਅਤੇ ਕਿਤਨੇ ਕੁ ਚਿਰ ਤੱਕ ਸੁਣਦੀ ਹੈ? ਇੱਕ ਦਿਹਾੜੇ 10 ਕੱਢੇ ਜੀ। 10 ਕੁ ਦਿਹਾੜੇ ਕੱਢੇ ਜੀ, ਇੰਨੀ ਗੱਲ ਹੈ। ਅਤੇ ਕਿਹੜੀ ਜਗ੍ਹਾ ਤੋਂ ਆਇਓ? ਇਹ ਮੰਗਲੀਏ ਜੀ, ਮਲਕਾ ਮੰਗਲੀਏ। ਅੱਛਾ ਅੱਛਾ, ਠੀਕ ਹੈ, ਮਲਕਿਆਂ ਦੇ ਕੋਲ, ਠੀਕ ਹੈ, ਮੰਗਲੀਏ। ਨੰਬਰ ਕੀ ਹੈ ਆਪਣਾ?
ਨੰਬਰ ਨਿੱਕਿਆ ਨਹੀਂ ਨੰਬਰ ਜੀ ਜੀ 057-62-67 ਇੱਕ ਵਾਰ ਫਿਰ ਬੋਲ ਦਿਓ 0317-057-62-97 ਇਹ ਜਿਹੜੀ ਜੇ ਨਾਲ ਅਗਲੀ ਇਹ ਅਗਲੀ ਦਿਖਾਓ ਜੀ ਇਹ ਵੀ ਵੀਡੀਓ ਮਲ ਬਣ ਕੇ ਕੱਢ ਪਰੋ ਮਲ ਇਹ ਬੱਚਾ ਇਹਦਾ ਇਹਨੇ ਦੂਜੇ ਸਵੇਰ ਸਵਾਲੇ ਠੀਕ ਹੋ ਗਿਆ ਲਓ ਜੀ ਪੂਰੀ ਮੱਝ ਪੂਰੀ ਤਸੱਲੀ ਨਾਲ ਦਿਖਾਉਣੀ ਹੈ ਲਓ ਜੀ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਮੱਝ ਵੇਖਣੀ ਹੈ ਮਾਸ਼ਾਅੱਲਾ ਜੀ ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਪੂਰੀ ਤਸੱਲੀ ਨਾਲ ਭਰਾਵਾਂ ਨੂੰ ਮੱਝ ਦਿਖਾਉਣੀ ਹੈ ਸਿੰਘ ਦਿਖਾਉਣੇ ਨੇ ਭਰਾਵਾਂ ਨੂੰ ਮੱਝ ਦੇ ਮੱਝ ਦਾ ਵਾਹਨਾ ਦਿਖਾਉਣਾ ਜਨਾਬ ਲਿਬਾਸ ਦਿਖਾਉਣਾ ਭਰਾਵਾਂ ਨੂੰ ਮੱਝ ਦਾ ਸੋਨ ਵਾਲੀ ਮੱਝ ਜਨਾਬ ਦੂਜਾ ਸੂਆ ਸੁਣਿਆ ਮੱਝ ਨੇ ਦੂਜਾ ਸੂਆ ਸੁਣਿਆ ਜਨਾਬ ਮੱਝ ਨੇ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਪੋਸ਼ਣ ਵੇਖਣਾ ਜਨਾਬ ਭਰਾਵਾਂ ਨੇ ਮੱਝ ਦਾ ਲਿਬਾਸ ਵੇਖਣਾ ਭਰਾਵਾਂ ਨੇ ਮੱਝ ਦਾ ਪੂਰੀ ਤਸੱਲੀ ਨਾਲ ਭਰਾਵਾਂ ਨੂੰ ਮੱਝ ਦਿਖਾਉਣੀ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਹਾਏ ਮਾਸ਼ਾਅੱਲਾ ਠੀਕ ਹੋ ਗਿਆ ਲਓ ਜੀ ਅੱਛਾ ਜੀ ਅੱਛਾ ਇਹ ਕਿਹੜਿਆਂ ਮੁੱਲਾਂ ਵਿੱਚ ਇਹ ਵੀ ਇਸੇ ਮੁੱਲ ਵਿੱਚ ਹੀ ਹੋ ਗਈ ਠੀਕ ਹੋ ਗਿਆ ਮਿੰਨੀ ਜਿਹੜੀ ਹੈ ਸੂਈ ਹੈ ਜਾਮ ਕੱਟਾ ਸੁੱਕ ਕੱਟਾ ਠੀਕ ਹੋ ਗਿਆ ਲਓ ਜੀ ਜਨਾਬ ਅੱਗੇ ਮਿੰਨੀ ਮਾਂ ਜਾ ਕੇ ਵੀਡੀਓ ਬਣਦੀ ਹੈ ਵੀ ਤੁਸੀਂ ਮੁਕਾਓ ਗੱਲ ਮੁਕਾਓ ਜਨਾਬ ਮੱਝ ਵੇਖਣੀ ਹੈ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਲਓ ਜੀ ਬਹਾਨੇ ਤੋਂ ਮੱਝ ਦਿਖਾਓ ਜੀ ਲਿਬਾਸ ਸੋਹਣਾ ਲਿਬਾਸ ਹੈ ਜਨਾਬ ਮੱਝ ਕੋਲ ਮਾਸ਼ਾਅੱਲਾ ਜੀ ਲਓ ਜੀ ਅੱਛਾ ਜੀ ਇਹ ਮਿੰਨੀ ਦਾ ਕੀ ਮੁੱਲ ਹੈ ₹40,000 ਜਨਾਬ ਮੁੱਲਾਂ ਵਿੱਚ ਜਾਏ ਮਗਰ ਕੱਟਾ ਪੰਜਾਂ ਕੁ ਦਿਨਾਂ ਦੀ ਸੋਈ ਹੈ ਜਨਾਬ ਮੱਝ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖਣੀ ਹੈ ਜਨਾਬ ਨੰਬਰ ਜਨਾਬ ਭਰਾਵਾਂ ਨੂੰ ਦੱਸ ਦਿੱਤਾ ਹੈ ਲੋਕੇਸ਼ਨ ਵੀ ਦੱਸ ਦਿੱਤੀ ਹੈ ਜਨਾਬ ਅਤੇ ਠੀਕ ਹੈ ਜੀ ਬਹੁਤ ਮਿਹਰਬਾਨੀ ਅਸਲਾਮ ਵਾਲੇਕੁਮ ਜੀ ਕੀ ਹਾਲ ਹੈ ਜਨਾਬ ਠੀਕ ਹੋ ਜੀ
ਕੀ ਮੰਗ ਰਹੇ ਹੋ ਕਿਹੜਾ ਮੁੱਲਾਂ ਵਿੱਚ? 380 380 ਠੀਕ ਹੋ ਗਿਆ। ਕਿਤਨੀਆਂ ਕੁ ਧਾਰਾਂ ਸੂ? ਧਾਰਾਂ ਜਾਨ ਛੱਡ ਕੇ 10 ਕਿਲੋ ਹੈ। 10 ਕਿਲੋ ਜਾਨ ਛੱਡ ਕੇ? ਜਾਨ ਨੂੰ ਛੱਡ ਕੇ ਠੀਕ ਹੈ। ਜਾਨ ਨੂੰ ਛੱਡ ਕੇ ਪਿਛਲਿਆਂ ਦੋ ਥਾਨਾਂ ਦਾ? ਹਾਂਜੀ ਤੇ ਅਗਲਾ ਪਿਛਲਾ, ਪਿਛਲਿਆਂ ਦੋਵਾਂ ਦਾ ਪਿਛਲਾ। ਠੀਕ ਹੈ। 10 ਕਿਲੋ ਧਾਰਾਂ ਨੇ ਜਨਾਬ, 380,000 ਰੁਪਈਆ ਮੁੱਲ ਹੈ। ਤੇ ਕਿਤਮਾ ਸੁਆ ਸੂਈ ਹੈ? ਸੁਏ ਹੋਣੀ ਹੈ ਤੀਜੇ ਤ੍ਰੀਜੇ। ਕਿਹੜੀ ਜਗ੍ਹਾ ਤੋਂ ਆਇਓ? ਮੈਂ ਡਸਕੇ ਦਾ ਪਿੰਡ ਰੋਡ ਢੋਗੀਆਂ ਵਾਲਾ ਪਿੰਡ, ਢੋਗੀਆਂ ਵਾਲਾ ਡਸਕਾ ਰੋਡ ਦੇ ਉੱਤੇ। ਠੀਕ ਹੈ। ਨੰਬਰ ਕੀ ਹੈ ਆਪਣਾ? 0303 ਜੀ ਜੀ 4651697। ਇੱਕ ਵਾਰ ਫਿਰ ਬੋਲ ਦਿਓ, 0303 4651697। ਤੁਹਾਡੇ ਕੋਲ ਤੇ ਗਾਵਾਂ ਵੀ ਨਹੀਂ ਹੁੰਦੀਆਂ? ਗਾਵਾਂ ਵੀ ਆ। ਪੂਰੀ ਤਸੱਲੀ ਨਾਲ ਵੇਖ ਲੈਣੀ ਹੈ। ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ। ਮਗਰ ਜਾ ਕੀ ਹੈ? ਕੱਟੀ। ਲਓ ਜੀ ਕੱਟੀ ਮਗਰ ਹੈ ਜਨਾਬ। ਲਓ ਜੀ ਦੋ ਹੋ ਗਈਆਂ ਨਾ, 3,80,000 ਰੁਪਈਆ ਮੁੱਲਾਂ ਵਿੱਚ ਜਨਾਬ, 10 ਕਿਲੋ ਧਾਰਾਂ ਨੇ ਜਾਲ ਨੂੰ ਛੱਡ ਕੇ ਜੀ। ਠੀਕ ਹੈ ਜਨਾਬ, ਬਹੁਤ ਮਿਹਰਬਾਨੀ, ਸ਼ੁਕਰੀਆ। ਉਹ ਜੀ ਇਹਨਾਂ ਕੋਲ ਗਾਵਾਂ ਵੀ ਹੁੰਦੀਆਂ ਨੇ, ਅਗਰ ਕਿਸੇ ਭਰਾ ਨੂੰ ਜਨਾਬ ਗਾਂ ਵੀ ਚਾਹੀਦੀ ਹੋਵੇ ਤਾਂ ਵੀ ਤੁਸੀਂ ਰਾਬਤਾ ਕਰ ਸਕਦੇ ਹੋ। ਤੇਰੀ ਹੈਰ, ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ। ਲੋ ਜੀ ਗਾਂ ਦੀ ਵੀਡੀਓ ਚੜ ਗਈ ਜਨਾਬ, ਲੋ ਲਿਆਓ ਜੀ। ਮਾਸ਼ਾਅੱਲਾ ਜੀ ਮਾਸ਼ਾਅੱਲਾ ਜਨਾਬ, ਗਾਂ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਗਾਂ ਵੇਖਣੀ। ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ। ਲੋ ਜੀ ਜਨਾਬ ਲਿਬਾਸ ਵੇਖਣਾ ਭਰਾਵਾਂ ਨੇ ਗਾਂ ਦਾ, ਪੂਰੀ ਤਸੱਲੀ ਨਾਲ ਸਿਰ ਗਾਂ ਦਹਾਣੀ ਹੈ ਭਰਾਵਾਂ ਨੂੰ, ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੂੰ ਗਾਂ ਦਹਾਣੀ ਹੈ। ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਮਾਸ਼ਾਅੱਲਾ। ਲਓ ਜੀ ਜਨਾਬ ਗਾਂ ਪੂਰੀ ਤਸੱਲੀ ਨਾਲ ਭਰਾਵਾਂ ਨੂੰ ਦਿਖਾ ਦੀਏ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਗਾਂ ਵੇਖ ਲੈਣੀ ਹੈ, ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਗਾਂ ਵੇਖਣੀ ਹੈ। ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਗਾਂ ਦਾ, ਧੁੰਨੀ ਤੂੰ ਗਾਂ ਦਹਾਣੀ ਹੈ ਜਨਾਬ, ਵਾਨੇ ਤੋਂ ਦਹਾਣੀ ਹੈ, ਥਨ ਵੇਖਣੇ ਨੇ ਜਨਾਬ ਭਰਾਵਾਂ ਨੇ ਗਾਂ ਦੇ, ਸੋਹਣਾ ਲਿਬਾਸ ਹੈ ਜਨਾਬ ਗਾਂ ਕੋਲ, ਵੇਲ ਸੋਹਣੀ ਵੇਲ ਹੈ, ਸੋਹਣਾ ਲਿਬਾਸ ਹੈ ਜਨਾਬ ਗਾਂ ਦਾ। ਹਾਂਜੀ ਗੱਲ ਹੋ ਜੀ। ਅੱਛਾ ਜੀ ਗੱਲ ਸੁਣਾਓ ਜੀ ਹੁਣ ਗਾਂ ਦੀ। ਜੀ ਬਿਸਮਿਲ੍ਲਾ। ਹਾਂਜੀ ਕਿਤਮਾ ਵੈਡੀ ਹੈ? ਪਹਿਲੇ ਸੂਬੇ? ਦੂਸਰਾ ਸੂਬਾ। ਦੂਸਰਾ ਸੂਬਾ ਲਾਲਾ ਜੀ। ਦੂਸਰਾ ਸੂਬਾ? ਹਾਂਜੀ ਠੀਕ ਹੋ ਗਿਆ। ਕਿਹੜਾ ਮੁੱਲਾਂ ਵਿੱਚ ਹੈ ਲਾਲਾ ਜੀ? 8.5 ਲੱਖ। 8.5 ਲੱਖ। ਕਿਤਨੀਆਂ ਕੁ ਧਾਰਾਂ ਸੂ? ਗੱਬਨ ਹੈ ਲਾਲਾ। ਓ ਗੱਬਨ ਹੈ, ਠੀਕ ਹੈ। ਕਿਤਨਾ ਕੁ ਚਿਰ ਤੱਕ ਸੁਣਦੀ ਹੈ? ਰਾਤਾਂ ਲੈ ਜੇਗੀ ਕੋਈ 8-10 ਦਿਨ ਲੈਂਦੀ ਹੈ। 8-10 ਦਿਨ ਲੈਂਦੀ ਹੈ ਤੇ 8.5 ਪੂਰਾ ਜੀ, ਪੂਰਾ 8.5 ਡਿਸਕਾਊਂਟ ਹੋਵੇ।
ਕਾਪੀਆਂ ਚੱਲ ਜਾਂਦੀਆਂ ਹਰ ਤਰ੍ਹਾਂ ਦੀਆਂ, ਰਬੜ ਵੀ ਲੱਗੇ, ਪਿੰਨਾਂ ਲੱਗੀਆਂ ਚੱਲ ਜਾਂਦੀਆਂ। ਆਪਣਾ ਨੰਬਰ ਤੇ ਲੋਕੇਸ਼ਨ ਬੋਲੋ। 0324-5323-324 ਨਾਮ ਮੁਹੰਮਦ ਅਬੂਬਕਰ ਡੇਰਾ ਨੂਰ ਮੁਹੰਮਦ ਡੋਗਰ ਤਹਿਸੀਲ ਇਸਲਾਮਵਾਲੀ ਜ਼ਿਲ੍ਹਾ ਸਰਦਾਰਾ ਕਾਰੀਆ ਮੰਡੀ ਚ ਰਹਿਣਾ। ਇੱਕ ਵਾਰੀ ਨਾ ਮੱਠਾ ਮੱਠਾ ਵੀ ਕਿਉਂਕਿ ਪੂਰੀ ਤਸੱਲੀ ਨਾ ਸਮਝ ਲਾਲ ਜੀ। ਨਾਮ ਮੁਹੰਮਦ ਅਬੂਬਕਰ ਵਲਦ ਅਬਦੁਲ ਗਫਾਰ ਡੇਰਾ ਨੂਰ ਮੁਹੰਮਦ ਡੋਗਰ ਤਹਿਸੀਲ ਸਿਰਾਂ ਦੇ ਰਹਿਣ ਵਾਲੇ ਮੁਹੱਲਾ ਇਸਲਾਮ ਨਗਰ ਤਹਿਸੀਲ ਖਾਰੀਆ ਮੰਡੀ ਚ ਡੇਰਾ ਆਪਣਾ ਜੀ। ਨੰਬਰ 0324-5423-324। ਲੋ ਜੀ ਜਨਾਬ, ਇੱਕ ਵਾਰੀ ਅਸੀਂ ਤੁਹਾਨੂੰ ਟ੍ਰੇਨ ਤੇ ਬਹਿ ਕੇ ਨੰਬਰ ਦੱਸਿਆ ਤੇ ਇੱਕ ਵਾਰੀ ਹੁਣ ਮੋਟਰਸਾਈਕਲ ਤੇ ਬਹਿ ਕੇ ਦੱਸ ਦਿੱਤਾ। ਦੋਵੇਂ ਨੰਬਰ ਜਾਮੇ ਤੇ ਬਹਿ ਕੇ ਵੀ ਦੱਸ ਦਾਂਗੇ, ਕੋਈ ਟੈਨਸ਼ਨ ਨਹੀਂ। ਜਾਮੇ ਤੇ ਬਹਿ ਕੇ ਤਾਂ ਹੋਰ ਕਿਹੜੀ ਜੀ? ਹੋਰ ਕਿਹੜੀ ਜੀ? ਜਨਾਬ ਗੋਰੀ ਵੇਖਣੀ ਹੈ ਜਨਾਬ ਭਰਾਵਾਂ ਨੇ, ਗੋਰੀ ਗਾਂ ਜਨਾਬ ਵੇਖਣੀ ਹੈ, ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਗਾਂ ਵੇਖ ਲੈਣੀ ਹੈ। ਮਾਸ਼ਾ ਅੱਲਾਹ ਜਨਾਬ ਲਿਬਾਸ ਵੇਖਣਾ ਜਨਾਬ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਗਾਂ ਵੇਖ ਲੈਣੀ ਹੈ ਮਾਸ਼ਾ ਅੱਲਾਹ। ਅੱਛਾ ਜੀ, ਇਹ ਕਿਹੜਾ ਮੁੱਲਾ ਵਿੱਚ? ਇਹਦਾ ਸਿਰਫ ਜਾਇਜ਼ ਹੈ ਜੀ ਜੀ। ਇਹਦਾ 9,30,00,000 2,85,000 ਮਾਜ਼ਰਤ ਭਾਈ ਜਾਨ, ਕੋਈ ਗਲਤੀ ਕੁਛ ਪਾ ਕੇ ਮਾਫ਼ ਹੋਏ। 9,30,00,000 ਨੀ ਭਾਈ ਜਾਨ, 2,85,000। 2,85,000 ਕੋਈ ਨੀ, ਗੱਲ ਹੈ ਰਹੀ ਹੈ ਵੇਖਣ ਆ ਰਹੇ ਗਰਮੀ ਹੈ ਨਾ, ਗਰਮੀ ਪਰ ਨਾਲੇ ਉਹ ਵੀ ਥੱਕੇ ਨੇ ਕਣਕਾਂ ਵੜ ਵੜ ਕੇ, ਉਹਨਾਂ ਨੂੰ ਦਿਲ ਕਰਦਾ ਸਾਨੂੰ ਕੋਈ ਸ਼ੁਕਰ ਮਿਲਿਆ ਰਹੇ। ਕੋਈ ਟੈਨਸ਼ਨ ਨੀ, ਕੋਈ ਬੰਦਾ ਜਨਾਬ ਮਹਿਸੂਸ ਨੀ ਕਰਦਾ, ਜਨਾਬ ਮਹਿਸੂਸ ਕਰਨ ਉਹਨੇ ਕਾਰੋਬਾਰ ਹੀ ਨੀ ਕਰਨਾ। ਜਾ ਜੀ ਗੱਲ, ਲੋ ਜੀ ਜਨਾਬ ਮਹਿਸੂਸ ਨੀ ਕਰਨਾ। ਜਨਾਬ ਬੈਡੀ ਅੱਗੇ ਵੇਖਣੀ ਜਨਾਬ ਭਰਾਵਾਂ ਨੇ ਮਾਸ਼ਾ ਅੱਲਾਹ ਮਾਸ਼ਾ ਅੱਲਾਹ। ਪਹਿਲਾ ਸੋਹਾ ਸੋਨਾ ਕਦੋਂ ਤੱਕ ਸੋਨਾ ਸੋ ਪੰਜਾਂ ਜਨਾਬ ਤਿਆਰ ਬੈਡੀ ਬੈਡੀ ਵੇਖਣੀ ਭਰਾਵਾਂ ਨੇ ਪੂਰੀ ਤਸੱਲੀ ਨਾਲ ਆਏ ਮਾਸ਼ਾ ਅੱਲਾਹ ਆਏ ਮਾਸ਼ਾ ਅੱਲਾਹ ਆਏ ਮਾਸ਼ਾ ਅੱਲਾਹ। ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਬੈਡੀ ਵੇਖ ਲੈਣੀ ਹੈ ਮਾਸ਼ਾ ਅੱਲਾਹ ਜੀ। ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਬੈਡੀ ਦਾ, ਚੋਂ ਪੰਜਾਂ ਦਿਨਾਂ ਤੱਕ ਜਨਾਬ ਬੈਡੀ ਸੁਣਦੀ ਜੇ ਬੈਡੀ ਨੇ ਜਨਾਬ ਚੋਂ ਪੰਜਾਂ ਦਿਨਾਂ ਤੱਕ ਸੁਣਿਆ ਪਹਿਲਾ ਸੋਹਾ ਸੁਣਨਾ ਜਨਾਬ ਬੈਡੀ ਨੇ। ਲੋ ਜੀ ਪੜੋ ਜੀ, ਲੋ ਜੀ ਜਨਾਬ ਬੈਡੀ ਦੀ ਗੱਲ ਦੱਸੋ ਜੀ ਹੁਣ। 3,20,000 ਦੀ ਬੈਡੀ, 3,20,000 ਦੀ, ਠੀਕ ਹੋ ਗਿਆ। 3,20,000 ਰੁਪਈਏ ਦੀ ਜਨਾਬ ਬੈਡੀ ਲੱਭ ਜਾਣੀ ਹੈ ਤੇ ਆਪਣਾ ਨੰਬਰ ਤੇ ਲੋਕੇਸ਼ਨ ਬੋਲ ਦੇ। ਸਿਲਾਵਾਲੀ ਜ਼ਿਲ੍ਹਾ ਸਰਗੋਧਾ, ਠੀਕ ਹੋ ਗਿਆ ਜੀ। ਖਾਰੀਆਂ ਮੰਡੀ ਦੇ ਰਹਿਸ਼ੀ, ਖਾਰੀਆਂ ਮੰਡੀ ਦੇ ਰਹਿਸ਼ੀ। ਨੰਬਰ, ਫੋਨ ਨੰਬਰ 0301-6542-694। ਇੱਕ ਵਾਰ ਫੇਰ ਬੋਲ ਦੇ, 0301-6542-694 ਜੀ। ਜੀ ਠੀਕ ਹੈ, ਬਹੁਤ ਮਿਹਰਬਾਨੀ ਜੀ। ਹੋਰ ਜਨਾਬ ਠੀਕ ਹੋ? ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ।
ਅਸਲਾਮ ਅਲੈਕਮ ਜੀ, ਕੀ ਹਾਲ ਹੈ ਜਨਾਬ? ਠੀਕ ਹੋ? ਸੁਣਾਓ ਕੀ ਮੰਗ ਰਹੇ ਹੋ? ਝੋਟੀ ਦਾ 4 ਲੱਖ? ਕਿਤਨੀਆਂ ਕੋ? 1800? ਠੀਕ ਹੈ, ਡੱਬਾ ਮਾਰ ਕੇ 1200 ਠੰਡਾ ਹੋਇਆ, ਠੰਡਾ ਹੋਇਆ 1200, ਠੀਕ ਹੈ। ਤੇ ਆਪਣਾ ਮੁੱਲ ਕੀ ਦੱਸਿਆ ਜੇ? 4 ਲੱਖ ਰੁਪਈਆ। 4 ਲੱਖ ਰੁਪਈਆ ਮੁੱਲ ਹੈ। ਕਿਤਨਾ ਸੂਆ ਸੋਨਾ ਸੋ? ਦੂਜਾ ਸੂਆ ਸੂਈ ਹੈ ਜਨਾਬ। ਕਿਤਨੇ ਚਿਰ ਦੀ ਸੂਈ ਹੈ? 1 ਮਹੀਨੇ ਦੀ। ਆਪਣਾ ਕਿਹੜੀ ਜਗ੍ਹਾ ਤੋਂ ਆਏ ਹੋ? ਮੂਸਾ ਕਮਾਲਾ ਪਿੰਡ। ਮੂਸਾ ਕਮਾਲਾ, ਨੰਬਰ ਕੀ ਹੈ? 0300 ਜੀ ਜੀ 40 0340 ਜੀ ਜੀ 620-54-35 620-54-35 ਜੀ। ਇੱਕ ਵਾਰ ਫੇਰ ਬੋਲ ਦਿਓ। 0345-620-54-35 0345-40 40 0345-620-54-35 ਠੀਕ ਹੋ। ਤੇ ਅਗਲੀ ਜਿਹੜੀ ਜੀ? ਇਹਦਾ ਵੀ 4 ਲੱਖ ਹੈ। ਇਹਦੇ ਕੋਲ ਕਿਤਨੀਆਂ ਧਾਰਾਂ ਨੇ? 11 ਸੇਰ। ਇਹਦੇ ਮਗਰ ਜਾ ਕੀ ਹੈ? ਕੱਟਿਆ ਮਗਰ। ਲੋ ਜੀ, ਮੁੱਲ ਇਹਦਾ ਵੀ 4 ਲੱਖ ਰੁਪਈਆ ਜਨਾਬ। ਤੇ 11 ਕਿਲੋ ਧਾਰਾਂ ਨੇ ਜਨਾਬ, ਜਾ ਮਗਰ ਕੱਟਾ। ਇਹ ਸੂਏ ਕਿਤਵੇਂ ਵੇ? ਪਹਿਲਾਂ ਨੇ ਲੋ ਜੀ, ਪਹਿਲੇ ਸੂਏ ਵੇ ਜਨਾਬ। ਮਾਝ ਭਰਾਵਾਂ ਨੇ ਵੇਖਣਾ ਨੀ ਜਨਾਬ, ਪੂਰੀ ਤਸੱਲੀ ਨਾਲ। ਲੋ ਜੀ, ਪਹਿਲਾ ਸੂਆ ਜੇ ਜਨਾਬ, 11 ਕਿਲੋ ਧਾਰਾ ਜੇ, ਜਾਏ ਮਗਰ ਕੱਟਾ। ਲੋ ਜੀ,